بسم اللہ الرحمن الرحیم السلام علیکم ویکھਦੇ بہو ਤੁਸੀਂ پاک پتن پنجاب ٹی وی میں ਤੁਹਾਡਾ میزبان محمد حسن رضا ਜਿਵੇਂ ਕਿ دوست جانتے ਨੇ ਅਸੀਂ ਡੇਲੀ ਭਾਈਆਂ ਵਾਸਤੇ ਜਨਾਬ ਨਵੇਂ ਤੋਂ ਨਵੇਂ ਅੱਛੇ-ਤੁੱਚੇ اور مختلف جانوراں دی ویڈیو ਲੈ ਕੇ حاضر ਹੋਨੇ ہیں دوستاں نے ਵੇਖਿਆ ਹੋਣਾ ਤਿੰਨ-ਚਾਰ ਦਿਨਾਂ ਤੋਂ ویڈیو ਨਹੀਂ اپلوڈ ہوئی ਚੈਨਲ تے ਉਹਦੀ ਇੱਕ وجہ ਹੈ ਕਿ ਅੱਲਾ ਬਾਗ ਨੇ ਜਨਾਬ ਮੈਨੂੰ ਬੇਟੇ ਜਿਸੀ ਨਿਹਮਤ ਤੋਂ نوازਿਆ ਅਚਾਨਕ ਉਹਦੀ ਤਬੀਅਤ ਖਰਾਬ ਹੋਣ ਦੀ وجہ ਤੋਂ ਹਸਪੀਟਲ ਉਹਨੂੰ ਬੈਡਮੈਂਟ ਕੀਤੀ ਰੱਖਿਆ ਉਹਦੀ وجہ ਤੋਂ ਕੋ 5 6 ਦਿਨ ਜਿਹੜੇ ਹੋ ਗਏ ਨੇ ਉਹ ਵੀਡੀਓ ਅਸੀਂ ਨਹੀਂ ਲਾ ਸਕਿਆ ਉਸ ਮਜਬੂਰੀ ਦੀ وجہ ਤੋਂ ਬਾਕੀ ਜਨਾਬ ਇਸ ਮੁਸ਼ਕਿਲ ਟਾਈਮ ਜਾਂ ਮੁਸ਼ਕਿਲ ਘੜੀ ਦੇ ਵਿੱਚ ਜਿਹੜੇ ਜਿਹੜੇ ਦੋਸਤ ਮੇਰੇ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਜਨਾਬ ਮੇਰੇ ਨਾਲ ਤਾਵਣ ਕੀਤਾ ਅੱਛੇ ਡਾਕਟਰ ਜਿਹੜੇ ਨੇ ਰეკਮੈਂਡ ਕੀਤੇ ਉਹਨਾਂ ਸਾਰੇ ਭਾਈਆਂ ਦਾ ਬੇਅਦ ਸ਼ੁਕਰੀਆ ਹੈ ਜਿਨ੍ਹਾਂ ਦੇ ਵਿੱਚ ਆਏ ਨੇ ਭਾਈ ਕਮਰ ਖਾਂ ਬਲੋਚ ਜ਼ਿਲ੍ਹਾ ਸਾਈਵਾਲ ਤੋਂ ਭਾਈ ਮੁਹੰਮਦ ਸਲੀਮ ਬਾਟ ਬੂਰੇ ਵਾਲਾ ਹਾਲ ਮੁਕੀਮ ਸਪੇਨ ਉਸ ਤੋਂ ਬਾਅਦ ਜਨਾਬ ਖਸੂਸੀ ਸ਼ੁਕਰੀਆ ਹੈ ਭਾਈ ਸ਼ਾਨਵਾਜ਼ ਦਾ ਜਿਨ੍ਹਾਂ ਜਨਾਬ ਬੱਚੇ ਦੀ ਸਿਹਤਯਾਬੀ ਵਾਸਤੇ ਦੁਆ ਕੀਤੀ ਜਾ ਕੇ ਮਦੀਨਾ ਮੁਨਵਰਾ ਮਾਸ਼ਾਅੱਲਾ ਨਬੀ ਪਾਕ ਦੇ ਰੋਜ਼ੇ ਦੇ ਬਿਲਕੁਲ ਸਾਹਮਣੇ ਗੁੰਬਦ ਖਜ਼ਰਾ ਦੇ ਖਲੋ ਕੇ ਉਹਨਾਂ ਨੇ ਜਨਾਬ ਸੈਦ ਯਾਬੀ ਦੀ ਦੁਆ ਕੀਤੀ ਉਸ ਤੋਂ ਬਾਅਦ ਜਿਹੜੇ ਜਿਹੜੇ ਵੀ ਦੋਸਤ ਮੇਰੇ ਨਾਲ ਰੱਬ ਦੇ ਵਿੱਚ ਰਹਿ ਮਹਤਰਮ ਜਨਾਬ ਹਾਜੀ ਆਜ਼ਮ ਗੁੰਮਨ ਸਾਹਿਬ ਮਲਕਾ ਸਫਿਜਾ ਜ਼ਵਾਨ ਭਾਈ ਅਬਦੁੱਲਾ ਸ਼ਾ ਭਾਈ ਸ਼ੌਕਤ ਸੰਧੂ ਫੈਸਲਾਬਾਦ ਤੋਂ ਤੇ ਬਾਕੀ ਜਿਤਨੇ ਵੀ ਦੋਸਤ ਨੇ ਸਾਰਿਆਂ ਦੇ ਨਾਮ ਮੈਂ ਗਿਣਾਈ ਰੱਖਾਂ ਤੇ ਉਹ ਬੜੀ ਵੀਡੀਓ ਲੰਮੀ ਹੋ ਜਾਣੀ ਹੈ سارے بھائی دا جناب بےحد مشکور ہاں انہوں دا شکر گزار تے سارے بھائیوں واستے دعا گو آ کے جڑے جڑے دوست ساڑے سسٹم کے نال جڑے نے ساڑے چینل کے نال جڑے نے اللہ پاک انہیں سارے نو سلامت رکھے تے آج دی جڑی ویڈیو ہے بھائی وسیم لنگریہ صاحب جناب دے کے ڈیری موجود ہیں ویڈیو اس ٹائم تکرین پہ ویڈیو, دو ویڈیو دو فریم مد جی نظر آتی پی ہے ਮਾਜੀ ਜਨਾਬ ਤਿਆਰ ਏ ਦਿਹਾੜੇ ਲੈਂਦੀ ਏ 2 ਲੈ ਜਾਵੇ 4 ਲੈ ਜਾਵੇ 5 ਲੈ ਜਾਵੇ ਜਾਂ 7 ਲੈ ਜਾਵੇ ਅੱਲਾਹ ਬਿਹਤਰ ਜਾਣਦਾ ਹੈ ਤੇ ਬਾਕੀ ਮਾਲਕਾਂ ਨੂੰ ਪਤਾ ਹੈ ਕਿਤਨੇ ਦਿਹਾੜੇ ਆਂਦੇ ਪੈਣੇ ਸੋਣੀ ਚੋਂ ਉਹ ਸਾਰੀਆਂ ਗੱਲਾਂ ਆਪਾਂ ਬਾਅਦ ਵਿੱਚ ਭਾਈ ਵਸੀਮ ਦੇ ਨਾਲ ਕਰਾਂਗੇ ਇਸ ਟਾਈਮ ਤੁਹਾਨੂੰ ਟੋਟਲ ਬਾਡੀ ਸਕਰੀਨ ਤੇ ਨਜ਼ਰ ਆਂਦੀ ਵੀ ਇਹ ਸਾਰਿਆਂ ਤੋਂ ਪਹਿਲੇ ਮਾਝ ਦਾ ਆਰਡਰ ਚੈੱਕ ਕਰਨਾ ਹੈ ਆਰਡਰ ਮਾਈ ਨੂੰ ਮਾਸ਼ੱਲਾ ਬੜਾ ਹੀ ਪਿਆਰਾ ਔਰ ਖੂਬਸੂਰਤ ਹੈ ਮਾਈ ਥਣ ਵੇਖਣੇ ਨੇ ਬੜਾ ਖੂਬਸੂਰਤ ਰੁਗ ਰੋਗੇ ਦਾ ਤੇ ਦੋਰਾ ਥਣ ਪਾਵਰ ਵਾਲਾ ਲੱਗਿਆ ਮਾਸ਼ਾਅੱਲਾ ਵੰਡਾ ਚੈੱਕ ਕਰਨੀਆਂ ਨੇ ਵਿਰਲਾ ਚੈੱਕ ਕਰਨੀਆਂ ਨੇ ਇੰਤਹਾਈ ਖੂਬਸੂਰਤ ਮੱਜ ਪੂਰੀ ਬਾਰੀਕ ਜਨਮ ਮੱਜ ਨੀਲੀ ਦੀ ਤੇ ਖਾਸ ਨੀਲੀ ਦੀ ਅੱਲਾ ਦੇ ਹੁਕਮ ਨਾਲ ਸੱਤ ਲੋਜ ਬਾਰ ਦੀ ਨੀਲੀ ਬਾਰ ਦੀ ਸਾਰਾ ਦਿਨ ਚਰਨ ਵਾਲੀ ਤੇ ਟੁਰਨ ਫਿਰਨ ਵਾਲੀ ਮਾਈ ਦੀ ਚੰਬੜੀ ਵੇਖਣੀ ਅੱਲਾ ਦੇ ਹੁਕਮ ਨਾਲ ਜਿਵੇਂ ਰੇਸ਼ਮ ਹੁੰਦਾ ਹੈ ਇਹ ਖੁੱਡੇ ਵਾਲੀਆਂ ਨੁਕਰਾਂ ਵਾਲੀਆਂ ਹੱਡੀਆਂ ਮਾਸ਼ੱਲਾ ਜਿਸ ਤਰ੍ਹਾਂ ਇੱਕ ਕੱਚਾ ਵਾਲੀ ਬੋਤਲ ਨਹੀਂ ਟੁੱਟੀ ਹੁੰਦੀ ਕਰੂਮ ਬਲਾ ਵਾਲੀਆਂ ਮਾਸ਼ੱਲਾ ਹੱਡੀਆਂ ਨੇ ਪੂਛ ਨਿਕਲਦੇ ਆ ਸਾਰ ਐਂਡ ਤੱਕ ਬਰੀਕ ਛਮਕਾਂ ਵਰਗੀ ਐ ਚੈੱਕ ਕਰਨੀ ਹੈ ਜਿਸ ਤਰ੍ਹਾਂ ਦੂਤ ਤੇ ਛੜੀ ਹੁੰਦੀ ਹੈ ਮਾਸ਼ੱਲਾ ਜੀ ਅੱਗੇ ਆਣਾ ਹੱਡੀ ਤੇ ਹੱਡੀ ਵਾਜ ਨੂੰ ਸਿੰਗਲ 4 ਇੰਚ ਚੱਕੀ ਹੋਈ ਮਾਸ਼ੱਲਾ ਮਾਈ ਦੀਆਂ ਡਾਕਾਂ ਵੇਖਣੀਆਂ ਨੇ ਕਿਤਨੀਆਂ ਬਰੀਕ ਔਰ ਡਾਕਾਂ ਦਾ ਵਕਫਾ ਚੈੱਕ ਕਰਨਾ ਮਾਈ ਨੂੰ ਜਨਾਬ ਪੁੱਠਾ ਮਾਈ ਨੂੰ ਖੁੱਡਾ ਜਿਸ ਤਰ੍ਹਾਂ ਸੈਦ ਇਸਰਾਰ ਸ਼ਾ ਆਖਦੇ ਨੇ ਕਿ ਮਾਈ ਦੀਆਂ ਡਾਕਾਂ ਉੱਚੀਆਂ ਆਉਣ ਐ ਮਾੜਾ ਜੀ ਹਵਾਲ ਹੋਵੇ ਤੇ ਇਹ ਨਾ ਹੋਵੇ ਬਿਸਾਰਾ ਜਿਹੜਾ ਹੈ ਨਾ ਪੁੱਠਾ ਹੀ ਓਡਾ ਆਵੇ ਬਿਲਕੁਲ ਮਾਸ਼ੱਲਾ ਮਾਈ ਨੂੰ ਜਿਹੜਾ ਖੁੱਡਾ ਪੁੱਠਾ ਬੜਾ ਖੂਬਸੂਰਤ ਚੌਕਟਾ ਮਾਈ ਨੂੰ ਹਜ਼ਾਰਾਂ ਮੱਜਾ ਦੇ ਵਿੱਚ ਹੋਏ ਕਿ ਮਾਈ ਨੂੰ ਐਵੇਂ ਦੀਆਂ ਆੜੀਆਂ ਆਉਂਦੀਆਂ ਨੇ ਐਵੇਂ ਦਾ ਚੌਕਟਾ ਹੁੰਦਾ ਹੈ ਜਿਹੜੇ ਦੋਸਤ ਨੀਲੀ ਨੂੰ ਸਮਝਦੇ ਨੇ ਉਹਨਾਂ ਨੇ ਆਈ ਕਰਨੀ ਹੈ ਤਸੱਲੀ ਤੇ ਤਸੱਲੀ ਤੁਹਾਨੂੰ ਅਸੀਂ ਵੀ ਕਰਵਾਨੇ ਆ ਤੁਹਾਡਾ ਕੰਮ ਹੈ ਜਾਨਵਰ ਅੱਛੇ ਤਰੀਕੇ ਨਾਲ ਵੇਖਣਾ ਉਹਨੂੰ ਜਨਾਬ ਪੜਨਾ ਮੌਕੇ ਤੇ ਆਓ ਜਾਨਵਰ ਆਪਣਾ ਲੈ ਕੇ ਜਾਓ ਮਾਸ਼ੱਲਾ ਮਾਈ ਨੂੰ ਦੁਨੀ ਕੋੜੀ ਬਿਲਗਲ ਨਹੀਂ ਹੈ ਮਾਈ ਦੀਆਂ ਚਾਰੇ ਲੱਤਾਂ ਚੈੱਕ ਕਰਨੀਆਂ ਨੇ ਅਗਲੀਆਂ ਲੱਤਾਂ ਕਿਤਨੀਆਂ ਮਜ਼ਬੂਤ ਔਰ ਤੀਰਸ ਦੀਆਂ ਮਾਸ਼ੱਲਾ ਮਾਈ ਦੀ ਗਰਦਨ ਵੇਖਣੀ ਹੈ ਮਾਈ ਨੂੰ ਗਰਦਨ ਕਿੰਨੀ ਪਿਆਰੀ ਕੁੰਜ ਵਰਗੀ ਬਰੀਕ ਔਰ ਲੰਮੀ ਗਰਦਨ ਦੀ ਜਿਹੜੀ ਗੁਲਾਈ ਹੈ ਉਹ ਚੈੱਕ ਕਰਨੀ ਹੈ ਮਾਸ਼ੱਲਾ ਇਹ ਛੋਟੀ ਜਿਹੀ ਗਰਦਨ ਇੱਕ ਰੋਗ ਦੇ ਵਿੱਚ ਆਣ ਵਾਲੀ ਅੱਗੇ ਜਨਾਬ ਕੰਨ ਵੇਖਣੇ ਨੇ ਮਾਈ ਨੂੰ ਕੰਨ ਛੱਜਾਂ ਵਰਗੇ ਔਰ ਲੰਮੇ ਕੰਨ ਮਾਈ ਨੂੰ ਚਿਹਰਾ ਇੰਧਾਈ ਖੂਬਸੂਰਤ ਨਾ ਸਮਾਈ ਨੂੰ ਬਨੀਆ ਅੱਖਾਂ ਮਾਈ ਨੂੰ ਗਾਲੀਆਂ ਮੱਤੇ ਦੇ ਛੋਟੀ ਜੇ ਫੁੱਲੀ ਸਿਰ ਮਾਈ ਨੂੰ ਖੁੰਡਾ ਖੁੱਤੀ ਮਾਈ ਦੀ ਠੱਪੀ ਠੱਪੀ ਹੋਈ ਖੁੱਤੀ ਮਾਸ਼ੱਲਾ ਔਰ ਪਛਮਾ ਚੈੱਕ ਕਰਨੀਆਂ ਨੇ ਚਿਹਰੇ ਤੇ ਗਰਦਨ ਤੇ ਅੱਗੇ ਟੋਟਲ ਬਾਡੀ ਤੇ ਪਛਮ ਵੇਖਣੀ ਏ ਤੇ ਦੁਨੀ ਕੋੜੀ ਬਿਲਕੁਲ ਨਹੀਂ ਹੈ ਅੱਲਾ ਦੇ ਹੁਕਮ ਨਾਲ ਕਤਾ ਨਿਸ਼ਾਨਣੀ ਹੈ ਬਲੇਡ ਫਿਰਨ ਹੈ ਬਾਕੀ ਹੈ ਤੁਹਾਡੀ ਅੱਖਾਂ ਦੇ ਸਾਹਮਣੇ ਜਾਨਵਰ ਕੁਆਲਟੀ ਵਾਲਾ ਔਰ نسلजात ਵਾਲਾ ਹੈ ਮਾਸ਼ਾ ਅੱਲਾ ਬਣਾਵਟਾ ਮਾਈ ਨੂੰ ਮੱਜਾਂ ਵਾਲੀਆਂ ਹੈ ਨੇ ਅੱਲਾ ਦੇ ਹੁਕਮ ਦੇ ਨਾਲ ਟੋਰ ਮਾਈ ਦੀ ਚੈੱਕ ਕਰਨੀ ਹੈ ਹਜ਼ਾਰਾਂ ਮੱਜਾਂ ਦੇ ਵਿੱਚੋਂ ਇੱਕ ਮਾਈ ਨੂੰ ਐਵੇਂ ਦੀ ਟੋਰ ਇਹ ਮਾਦਾ ਕਾਦੇ ਲੰਬਾਈ ਫਿਰ ਹੁਸਨ ਔਰ نسل ਜ਼ਾਤ ਮਾਰੀ ਕੋਲ ਪੂਰੀ ਅੱਲਾ ਦੇ ਹੁਕਮ ਦੇ ਨਾਲ ਦਿਹਾੜੇ ਅਜੇ ਤੱਕ ਲੈਂਦੀ ਏ ਮਾਸ਼ਾ ਅੱਲਾ ਆਡਰ ਮਾਈ ਨੂੰ ਹੋਣਾ ਹੈ ਬੜਾ ਪਿਆਰਾ ਅਗਰ ਕੋਈ 5-7 ਦਿਹਾੜੇ ਲੈ ਗਈ ਤੇ ਇਹਨ ਇਨਸ਼ਾ ਅੱਲਾ ਮੱਜ ਨੇ ਸਾਰੀਆਂ ਕਮੀਆਂ ਹੀ ਦੂਰ ਕਰ ਦੇਣੀਆਂ ਨੇ ਅੱਲਾ ਦੇ ਹੁਕਮ ਦੇ ਨਾਲ ਬਾਕੀ ਮਾਸ਼ਾ ਅੱਲਾ ਮਾਈ ਨੂੰ ਜਿਹੜੀ ਖੂਬਸੂਰਤੀ ਹੈ ਉਹ ਪੂਰੀ ਮਾਈ ਨੂੰ ਜਨਾਬ ਜਿਹੜੀਆਂ ਹੱਡੀਆਂ ਨੇ ਮਾਈ ਨੂੰ نسل ਜ਼ਾਦ ماشاءاللہ بڑی پیاری ہے تے مین صاحب بٹنا دے نشان بکھاڑے نے نظر آندے پہنے باقی تھوڑا آنے رہا ہویا کھڑا لیکن بٹن بالکل موجود نے جڑے دوست شوقین نے بٹنا دے انہوں نے جناب بٹن ویگ لینے نے واضح طور دے نظر آندے پے ماشاءاللہ ماشاء اللہ نو بائی بالکل چھوٹی نسلی ہے جناب نشانیاں دیا نے اللہ دے حکم نال جانور ماشاءاللہ بڑا خوبصورت بھائیاں واسطے لے کے آ رہے رہے ہیں کہ ساڈا काम में معیار دے کم کرنا نسل ذات دے کم کرنا جانور ਤੁਹਾਨੂੰ نیلی دے ਵਖਾਣੇ اور انشاءاللہ اسی ਵਖਾਣਦੇ ਰਸਾ ਜਿਵੇਂ ਕਿ ਪਿਛਲੇ ਹਾਂ ਦਿਨਾਂ ਦੇ ਵਿੱਚ یا ਪਿੱਛੇ ਜਨਾਬ ਸਾਰੀਆਂ ਤੁਹਾਨੂੰ ਮੱਝਾਂ ਵਖਾਈਆਂ ਨੇ انشاءاللہ ਕੁਆਲਟੀ ਵਾਲੀਆਂ اور ਅੱਗੇ ਵੀ ਅਸੀਂ ਇਹ ਕੋਸ਼ਿਸ਼ ਕਰਸਾਏ ਕਿ ਤੁਹਾਨੂੰ ਜਾਨਵਰ ਕੁਆਲਟੀ ਵਾਲੇ ਅਸੀਂ ਵਖਾਵੀਏ ਬਾਕੀ ਜਨਾਬ ਜਿਹੜੇ ਦੋਸਤ ਮੇਰੀ ਗੈਰ ਮੌਜੂਦਗੀ ਤੋਂ ਆਏ ਬਾਅਦ ਦੇ ਵਿੱਚ ਆ ਮਾਸ਼ਾਅੱਲਾ ਜਿਹੜੇ ਖੋਦੀ ਬਿਆਨ ਦੇ ਕੇ ਗਏ ਨੇ ਕਿ ਪਾਕ ਪਦਨ ਪੰਜਾਬ ਟੀਵੀ ਹੈ ਕਿ ਇਤਮਾਦ ਦਾ ਨਾਮ ਹੈ ਇਨਸ਼ਾਅੱਲਾ ਜਨਾਬ ਉਹਨਾਂ ਬਾਈਆਂ ਨੂੰ ਜਿਹੜਾ ਹੈ ਨਾ ਮਾਜ਼ਰਾ ਤੇ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਬਾਈ ਉਮੈਰ ਸਾਹਿਬ ਲਾਹੌਰ ਤੋਂ ਬਾਈ ਮਲਕ ਉਸਮਾਨ ਸਿਆਲਗੋੜ ਤੋਂ ਬਾਈ ਸ਼ਾਹ ਜ਼ੈਬ ਸਿਆਲਗੋੜ ਤੋਂ ਜਨਾਬ ਤਿੰਨ ਮੱਜਾਂ ਤੇ 6 ਮੱਜਾਂ ਮਾਸ਼ਾਅੱਲਾ ਬਾਈ ਮਲਕ ਉਸਮਾਨ ਸਾਹਿਬ ਲੈ ਗਏ ਨੇ ਇੱਕ ਮੱਜ ਤੇ ਇੱਕ ਗਾਂ ਬਾਈ ਉਮੈਰ ਸਾਹਿਬ ਲੈ ਕੇ ਗਏ ਨੇ ਲਾਹੌਰ ਤੋਂ ਬਾਕੀ ਜਨਾਬ ਖਸੂਸੀ ਜਿਹੜਾ ਹੈ ਨਾ ਉਹ ਪਿਆਰ ਹੈ ਤੇ ਖਸੂਸੀ ਸ਼ੁਕਰੀਆ ਵੀ ਹੈ ਕੈਮਰਾਮੈਨ ਸਾਹਿਬ ਦਾ ਕਿਹਾਉਂਗੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਉਹਨਾਂ ਨੇ ਜਨਾਬ ਸਾਡੇ ਸਿਸਟਮ ਨੂੰ ਚਲਾਇਆ ਹੈ ਜਿਹੜੇ ਦੋਸਤ ਸਾਡੇ ਕੋਲ ਚੱਲ ਕੇ ਆਏ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ ਉਹਨਾਂ ਨੂੰ ਫਿਰ ਆਇਆ ਉਹਨਾਂ ਨੂੰ ਜਨਾਬ ਅੱچھے ਜਾਨਵਰ ਲੈ ਕੇ ਦਿੱਤੇ ਇਹ ਕੈਮਰਾਮੈਨ ਦਾ ਖਸੂਸੀ ਪਿਆਰ ਹੈ ਮੇਰੇ ਨਾਲ ਸਾਡੇ ਸਿਸਟਮ ਦੇ ਨਾਲ ਤੇ ਸਾਡੇ ਵੇਖਣ ਵਾਲੇ ਈਵਰਸ ਦੇ ਨਾਲ ਤੇ ਭਾਈਆਂ ਦੇ ਨਾਲ ਇਨਸ਼ਾਅੱਲਾ ਉਮੀਦ ਹੈ کہ او ہی جناب اگے بھی تھوڑے اس طرح دنالی دنال چلانگے انشاءاللہ کیونکہ جڑے دوست جہے دوست جڑے نے سا انہ سارے سسٹم دنال نال سارے بھائیاں دا شکریہ ہے انشاءاللہ شاء اللہ ایویں جناب تیار پیار ہی کام ان انشاءاللہ چل سی تو بہتری والے پاس آ باقی جناب ہر ساری گل ہے وہ آپ بھائی وسیم دنال کرنے ہیں ਮੱਝ ਦੇ ਬਾਰੇ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆਂ ਅਸਲਾਮੁਅਲੈਕਮ ਵਾਲੇਕਮ ਸਲਾਮ ਕੀ ਹਾਲ ਚਾਲ ਸਤ ਸਤ ਵੀਰ ਠੀਕ ਹੈ ਬਾਕੀ ਜਨਾਬ ਭਾਈ ਦਾ ਵੀ ਸ਼ੁਕਰੀਆ ਹੈ ਪਲ ਪਲ ਜਿਹੜਾ ਨਾ ਰਬਤਾ ਕਰਦਾ ਰਹੀ ਹੈ ਕਿ ਵੀਡੀਓ ਬਣਵਾਵਣੀ ਹੈ ਤੇ ਬਣਵਾਵਣੀ ਤੁਹਾਡੇ ਕੋਲ ਵੇ ਜਦੋਂ ਆ ਜਾਏਗਾ ਵੀਡੀਓ ਬਣਵਾ ਸੈਂਦਾ ਖਾਸ ਤੇ ਪਿਆਰ ਹੈ ਅੱਛਾ ਭਾਈ ਵਸੀਮ ਜੀ ਮੱਝ ਆਪਾਂ ਵਖਾ ਦਿੱਤੀ ਹਾਂ ਬੰਨ ਕੇ ਵਖਾ ਲਈ ਟਰਦੀ ਫਿਰਦੀ ਹਰ ਤਰਾ ਦੇ ਨਾਲ ਹਰ ਹਵਾਲੇ ਦੇ ਨਾਲ ਹਰ ਐਂਗਲ ਤੋਂ ਵਖਾ ਦਿੱਤੀ ਹਰ ਐਂਗਲ ਹਰ ਪਾਸੋਂ ਵਖਾ ਦਿੱਤੀ ਇਹ ਤੁਸੀਂ ਦੱਸਣਾ ਮਾਜੀ ਕਿੰਨਾ ਵਾਰਾ ਤਿਆਰ ਹੈ ਇਹ ਦੂਸਰਾ ਵਾਰਾ ਮਾਸ ਤੋਂ ਦੂਸਰਾ ਵਾਰਾ ਸੋਣੀ ਹੈ ਅੱਛਾ ਕਿਤਨਾ ਦਿਹਾੜੇ ਤਕਰੀਬਨ ਲਾਜਾ ਸੇ ਇਹ ਰਿਹੜੇ 25 ਤਰੀਕ ਆਵਣੀ ਹੈ ਇਸ 25 ਤਰੀਕ ਨੂੰ 10 ਮਹੀਨੇ ਮੈਂ ਪੂਰੇ ਆਉਣੇ ਨੇ ਉੱਤੇ ਦੋਦ ਲਾਜਾਵੇ ਚਾਰ ਦਿਨ ਅੱਜ 18 ਤਰੀਕ ਹੈ ਦਿਹਾੜੇ ਰਹਿੰਦੇ ਨੇ 7 7 ਉੱਤੇ ਦੋਦ ਦੇ ਦਿਹਾੜੇ ਚਾਰ ਦਿਨ ਲਾਜਾਵੇ ਦਾ ਮਹੀਨਾ ਆ ਉਹ ਮਾਲਕ ਜਿਹੜਾ ਅੱਲਾ ਬਾਗ ਨੂੰ ਬੱਦਾ ਮਾਲਕ ਦੇ ਕੋਲ ਗੱਲਾਂ ਨੇ ਨਹੀਂ ਕਾਪੀ ਉੱਤੇ ਬਿਖਾ ਰਹੇ ਮੈਂਦ ਲਿਖ 25 ਤਰੀਕ ਤੋਂ ਅੱਗੇ ਇੱਕ ਦਿਨ ਲਵੇ ਦੋ ਲਵੇ ਹਾਂਜੀ ਦੋ ਦਿਨ ਲਵੇ ਉਹ ਅੱਲਾ ਜਾਣਦਾ ਉਹ ਅੱਲਾ ਜਾਣਦਾ ਤੇ ਅੱਛਾ ਹੁਣ ਮੌਸਮ ਵੀ ਸਹੀ ਹੈ ਕਿ ਅੱਡੀ ਜ਼ਿਆਦਾ ਗਰਮੀ ਨਹੀਂ ਹੈ ਹਾਂਜੀ ਗਰਮੀ ਹੋਵੇ ਫਿਰ ਮੈਂ ਦਾ ਸੁਣਦੇ ਜਾਨਵਰ ਕੋ 1 अच्छा कर जांदे अजा धणा दी, दी अपनी गारंटी है आ आंग आंग दी गारंटी ਉਸ ਮੈਨੇਜਰ ਚਾ ਚੰਗਾ ਡਾਡਾ ਪੂਰਾ ਆਸੇ ਮਾਸ਼ਾਅੱਲਾ اچھا ਕੋਈ ਬੰਦਾ ਆਪਣੇ ਨਾਲ ਇਵੇਂ ਸੌਦਾ ਕਰ ਲੈਂਦਾ ਕਿ ਬੰਦਾ ਇਵੇਂ ਆਪਣੀ ਲਿਜਾਵੇ ਉਹ ਲਿਜਾ ਸਕਦਾ ਆਪਾਂ ਥਾਣ ਚਾਲੂ ਦੇ ਦੇ ਬਿਲਕੁਲ ਵਿਸ਼ਵਾਸ ਛੱਤਾ ਫਵਾਰਾ ਨਹੀਂ ਹੋਣਾ ਚਾਹੀਦਾ ਆਪਣੀ ਗਾਰਡ ਮਰੋੜੀ ਕਿਸੇ ਕਿਸਮ ਦਾ ਥਾਣ ਵਿੱਚ ਕੋਈ ਜਿਹੜਾ ਨਾਇਬ ਨਹੀਂ ਹੋਵੇ ਇੰਚ ਦਾ ਹੀ ਹੋਵੇ ਤਾਂ ਵੀ ਆਪਣੀ ਮੈਂ ਬਾਕੀ ਇਹ ਮਾਲਕਾਂ ਦਾ ਨਸੀਬ ਹੋ ਨਸੀਬ اچھا ਇਹ ਦਸਵਾ ਮਾਜ ਮਾਸ਼ਾਅੱਲਾ ਜਿੰਨੀ ਬਰੀਕ ਹੈ ਮਾਈਨੋ ਕਾ ਦੇ ਲੰਬਾਈ ਹੁਸਨ ਆਰਡਰ ਮਾਸ਼ਾਅੱਲਾ ਖੁੱਲਾ ਤੇ ਕਿਤਨਾ ਦੋਦ ਕਰਿਆ ਸੀ ਕੋ ਮੈਂ ਇਹ ਮੈਂ ਪਹਿਲਾਂ ਉਹਦੇ ਮੈਂ 15 16 ਲੀਟਰ ਕਰਦੇ ਰਹੀਏ ਉਹ ਹਰ ਬੰਦਾ ਯੋ ਆਂਦਾ ਮੈਂ ਸੋਣ ਦੇ ਬਰਸ਼ਾਨ ਆਦੇ ਹੱਥਾਂ ਇਸ ਮਾਸ਼ਾਅੱਲਾ ਚਲੋ ਦੂਜਾ ਨਹੀਂ ਦਿੱਤੀ ਰੱਖੇ 15 16 ਬੜਾ 15 16 ਹੋਣ ਵੀ ਦੇਵੇਂ ਨਾ ਬਾਕੀ ਮਾਸ਼ਾਅੱਲਾ ਜਿਹੜੀ ਮਸਲ ਜ਼ਾਦ ਹੈ ਮਾਈਨੋ ਆਰਡਰ ਬੜਾ ਖੁੱਲਾ ਹੈ ਜਿਸ ਸਮਾਂ ਤਿਆਰ ਹੁੰਦੀ ਹੈ ਮਾਈਨੋ ਆਰਡਰ ਬੜਾ ਖੁੱਲਾ ਹੈ ਅੱਲਾ ਦੇ ਹੁਕਮ ਨਾਲ ਜਿਹੜਾ ਬੰਦਾ ਸਮਝਣ ਵਾਲਾ ਜਿਹੜਾ ਬੰਦਾ ਦੁੱਧ ਲੈਣ ਆਲਾ ਜਾਂਦੇ ਕੋਲ 20 ਕਿਲੋ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਬਰੀਕ ਮੱਝਾਂ ਜਿਹੜੀਆਂ ਹੈ ਨੇ ਸਾਡੇ ਇਲਾਕੇ ਦੀ ਉਹ ਅੱਗੇ ਜਾ ਕੇ ਵੱਧਦੀਆਂ ਨੇ ਇਸੇ ਵਾਸਤੇ ਨੀਲੀ ਨੂੰ ਪਸੰਦ ਕੀਤਾ ਜਾਂਦਾ ਹੈ ਨੀਲੀ ਦੀ ਮੱਝ ਬੰਦੇ ਖਰੀਦੇ ਨੇ ਕਿਉਂਕਿ ਇੱਥੇ ਸਾਡੇ ਕੋਲ ਪਰਾਲੀਆਂ ਤੇ ਮਕਈਆਂ ਖਾ ਖਾ ਦੇਣਾਂ ਅੰਦਰ ਉਹ ਮੱਝ ਥੋੜੀ ਜਿਹੀ ਖੁਸ਼ਕ ਹੁੰਦੀ ਹੈ ਜਦੋਂ ਅੱਗੇ ਵਾਢੀ ਨੂੰ ਮੱਝ ਦੀ ਖੇਰ ਹੁੰਦੀ ਹੈ ਮੱਝ ਜਿਹੜਾ ਹੈ ਨਾ ਖੁਰਾਕ ਖਲਵੰਡਾ ਪੁੰਦਾ ਮੱਝਾਂ ਦੁੱਧ ਤੇ ਆਟੋਮੈਟਿਕ ਹੀ ਵੱਧਦੀਆਂ ਨੇ ਤੇ ਹੁਣ ਕੀ ਰੇਟ ਹੈ ਜਿਹੜਾ ਆਪਾਂ ਲੈ ਲੈਣਾ ਹੈ ਰੇਟ ਹੋ ਕਰਨਾ ਹੀ ਇਹ ਵਾਧਾ ਘਾਟਾ ਹੁੰਦਾ ਵੀ ਹੈ ਕਿਉਂਕਿ ਜੇ ਨੂੰ ਚੰਗੀ ਲੱਗਣੀ ਉਹਨੇ ਮਾਲ ਖਰੀਦਣੀ ਹੈ ਅਗਰ ਆਪਾਂ ਕਿਸੇ ਹੋਰ ਚੈਨਲ ਤੇ ਪਾਣੇ ਆ ਤਾਂ ਰੇਟ ਉਹ ਹੀ ਹੋਵੇ ਰੇਟ ਆਪਾਂ ਮਰਜ਼ੀ ਨਾਲ ਕਰ ਲੈ ਮੇਰੀ ਬਾਰੇ ਤੂੰ 9 ਲੱਖ ਮੰਗ ਲੈ ਮੇਰੀ ਬਾਰੇ 8 ਲੱਖ ਮੰਗ ਲੈ ਮੈਂ ਤੈਨੂੰ ਨਹੀਂ ਆਣਾ ਲekin ਰਿਕਵੈਸਟ ਇਹ ਹੈ ਕਿ ਜਿੰਨਾ ਜਾਇਜ਼ ਹੋ ਸਕਦਾ ਹੈ ਉਹ ਨਾ ਹੀ ਮੁੱਲ ਹਤਾ ਕਰੋ ਜਿੰਨਾ ਤੇ ਜਾਨਵਾਰ ਹੋਵੇ ਬਸ ਜਿਹੜਾ ਇਹਦੇ ਮੂਹਰੇ ਬੰਦਾ ਉਹ ਆਪਾਂ ਮੰਗਾਂ 5 ਲੱਖ 10 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਦਾ ਆਲਾ ਤੋਂ ਮਰੇ ਡਾ ਕੰਮ ਕਰੇ ਸਿੱਧਾ 5 ਹੀ ਕਰ ਲੈ ਪਰ ਤੇ 5 ਦੇ ਵਿੱਚ ਵੀ ਮੈਦਾਨਾ ਵੀ ਥੋੜਾ ਜਿਹਾ ਐ ਬੈਕ ਨੂੰ ਆ ਥੱਲੇ ਰੁਆ ਮੈਂ ਕਹਿੰਦਾ 5 ਦੇ ਕਰੀਂ ਦੋ ਲੱਖ ਖੜੀ ਹੁੰਦੀ ਮੈਂ ਦਾ 10 ਹਜ਼ਾਰ ਲੱਖ ਮੁੱਲ ਰੱਖਣਾ ਸਹੀ ਨਹੀਂ ਉਹ ਤਾਂ ਕੋਈ ਗੱਲ ਨਹੀਂ ਹੈ ਲੱਗਿਆ ਉਹਨਾਂ ਨੂੰ ਪੰਜ ਦੇ ਵਿੱਚ ਕੋਈ ਪਿਆਰ ਹੈ ਕੋ ਮਾਰ ਕਾਰ ਇੱਕ ਫੈਨਲ ਲਿਖੇ ਵੀ ਆਉਣਾ ਇੱਕੋ ਇੱਕ ਇਹ ਮੈਂ ਪਿਆਰ ਵਾਲਾ ਕਹਿੰਦੇ ਬੈਠਾ ਦਿਆਂ ਬਾਹਰ ਹੀ ਆ ਜਾਵੇ ਵੀਡੀਓ ਬਵਾਸਾ ਉਵੇਂ ਪਿਆਰ ਕਰ 490000 ਬਿਲਕੁਲ ਫੈਨਲ ਬਿਲਕੁਲ ਫੈਨਲ 90000 ਨਹੀਂ ਚੁਟਣਾ ਸਹੀ ਹੋ ਗਿਆ ਇਹ ਹਾਂ ਨਾਲ ਮੁੱਲ ਲਈ 490000 ਮਾਈ ਦੀ ਡਿਮਾਂਡ ਹੈ ਮੱਝ ਇੱਕ ਨੰਬਰ ਵਲਤੀ ਅੱਲਾ ਦੇ ਹੁਕਮ ਦੇ ਨਾਲ 490000 ਵੀਡੀਓ ਚੰਗੀ ਲੱਗੀ ਵੀਡੀਓ ਨੂੰ ਕਰਨਾ ਲਾਈਕ ਤੇ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਨੇ ਨੇ نمی اچھی اور بہترین ویڈیو دنال آسر اوہ گا اللہ نہیں کے بان پڑھنا چاہیے باہر پکڑی رکھیں یہ دام دران دام دی وقال ہے کو دوستے ہیں پورے نے اللہ نہیں کے بان بہت ہوا سن دی پہیے نمی اچھی اور بہترین ویڈیو دنال آسر اوہ گا اللہ نہیں کے بان پاکستان زندہ بہت